ਸਟੂਡੈਂਟਸ ਤੁਹਾਡਾ ਸਵਾਗਤ ਆਪਣੇ YouTube ਚੈਨਲ ਉੱਪਰ ਤੁਹਾਡੇ ਲਈ ਲੈ ਕੇ ਆਏ ਹਾਂ ਆਪਾਂ ਅੱਜ ਇੱਕ ਹੋਰ ਨੈਕਸਟ ਆਪਣੀ ਵੀਡੀਓ ਦਾ ਪਾਰਟ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੋਲੀਟੀਕਲ ਸਾਇੰਸ ਦੇ ਮੋਸਟ ਇੰਪੋਰਟੈਂਟ MCQ ਕੁਐਸਚਨਸ ਸਟੂਡੈਂਟਸ ਇਹ ਸਾਰੇ ਕੁਐਸਚਨਸ ਸਾਰੇ ਹੀ ਐਗਜ਼ਾਮ ਜਿਨ੍ਹਾਂ ਦੇ ਵਿੱਚ ਪੋਲੀਟੀਕਲ ਸਾਇੰਸ ਆਉਂਦੀ ਹੈ ਭਾਵੇਂ ਗਵਰਨਮੈਂਟ ਜੌਬ ਦਾ ਐਗਜ਼ਾਮ ਹੋਵੇ ਭਾਵੇਂ ਲੈਕਚਰਰ ਕੈਟਰ ਹੋਵੇ ਭਾਵੇਂ ਮਾਸਟਰ ਕੈਟਰ ਹੋਵੇ ਜਾਂ ਫਿਰ ਕੋਈ ਵੀ ਐਗਜ਼ਾਮ GPSC UPSC ਸਾਰੇ UGC NET ਸਾਰੇ एग्जाम ਦੇ ਵਿੱਚ ਇਹ ਕੁਐਸਚਨ ਹੈ ਜਿਹੜੇ ਬਹੁਤ ਮਹੱਤਵਪੂਰਨ ਕੁਐਸਚਨ ਹੈ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਔਰ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਇਸ ਨਾਲ ਸਾਨੂੰ ਮੋਟੀਵੇਸ਼ਨ ਮਿਲੇਗਾ ਕਿ ਅਸੀਂ ਤੁਹਾਡੇ ਲਈ ਹੋਰ ਵੀ ਬਹੁਤ ਵਧੀਆ ਵੀਡੀਓ ਲੈ ਕੇ ਆਉਂਦੇ ਰਹੀਏ ਸੋ ਕਰਦੇ ਹਾਂ ਜੀ ਅੱਜ ਦੀ ਵੀਡੀਓ ਸ਼ੁਰੂ ਆਪਾਂ ਆ ਚੁੱਕੇ ਹਾਂ ਜੀ ਆਪਣੇ ਕੁਐਸਚਨਸ ਦੇ ਉੱਪਰ ਆਪਣਾ ਜਿਹੜਾ ਅੱਜ ਦਾ ਕੁਐਸਚਨ ਹੈ ਉਹ ਹੈ ਕਿ ਵਾਟ ਇਜ਼ ਦਾ ਬੇਸਿਕ ਆਫ ਰੈਕੋਗਨਾਈਜੇਸ਼ਨ ਆਫ ਮਨਿਊਇਟੀਆਂ ਇਨ ਇੰਡੀਅਨ ਕਨਸਟੀਟਿਊਸ਼ਨ ਸਟੂਡੈਂਟਸ ਭਾਰਤੀ ਸੰਵਿਧਾਨ ਮੇਂ ਅਲਪ ਸੰਖਿਆਉਂ ਕੀ ਮਾਨਤਾ ਕਾ ਆਧਾਰ ਕਿਆ ਹੈ ਇਹ ਕਹਿੰਦੇ ਕਿ ਜਿਹੜਾ ਭਾਰਤ ਵਿੱਚ ਘੱਟ ਗਿਣਤੀਆਂ ਨੂੰ ਮਾਨਤਾ ਦਿੱਤੀ ਗਈ ਹੈ ਉਹ ਕਿਸ ਆਧਾਰ ਉੱਪਰ ਦਿੱਤੀ ਗਈ ਹੈ ਤਾਂ ਇਸ ਦੇ ਲਈ ਜਿਹੜੀਆਂ ਆਪਸ਼ਨਸ ਹੈ ਧਰਮ ਰਿਲੀਜੀਅਨ ਕਾਸਟ ਜਾਤ ਜਾਂ ਫਿਰ ਰੇਸ਼ੋ ਆਫ ਕਮਿਊਨਿਟੀ ਆਫ ਟੋਟਲ ਪੋਪੂਲੇਸ਼ਨ ਕੁੱਲ ਜਨਸੰਖਿਆ ਦੀ ਰੇਸ਼ੋ ਹੈ ਜਿਹੜੀ ਅਨੁਪਾਤ ਹੈ ਉਸ ਦੇ ਆਧਾਰ ਤੇ ਤਾਂ ਇਸ ਦਾ ਜਿਹੜਾ ਸਹੀ ਆਨਸਰ ਹੈ ਸਟੂਡੈਂਟਸ ਜੇਕਰ ਆਪਾਂ ਉਸ ਦੀ ਗੱਲ ਕਰੀਏ ਤਾਂ ਆਪਣਾ ਇਸ ਦਾ ਸਹੀ ਆਨਸਰ ਹੈ ਧਰਮ ਜਿਵੇਂ ਕਿ ਤੁਸੀਂ ਦੇਖਿਆ ਹੋਵੇਗਾ ਕਿ ਸਾਡੇ ਸੰਵਿਧਾਨ ਦੇ ਵਿੱਚ ਜਾਂ ਸਾਡੇ ਆਸ-ਪਾਸ ਅਕਸਰ ਕਿਹਾ ਜਾਂਦਾ ਹੈ ਕਿ ਸਿੱਖ ਮਿਨਿਓਰਿਟੀ ਜਾਂ ਫਿਰ ਇਸਾਈ ਮਿਨਿਓਰਿਟੀ ਮੁਸਲਿਮ ਮਿਨਿਓਰਿਟੀ ਜੋ ਮਿਨਿਓਰਿਟੀ ਸਕਾਲਰਸ਼ਿਪਸ ਵੀ ਮਿਲਦੀਆਂ ਨੇ ਉਹ ਗਿਆ ਸਾਰੀਆਂ ਧਰਮ ਦੇ ਆਧਾਰ ਤੇ ਮਿਨਿਉਲਟੀ ਹੈ ਜਿਹੜੀਆਂ ਉਹ ਬਣਾਈਆਂ ਗਈਆਂ ਨੇ ਸੋ ਇਸੇ ਕਰਕੇ ਜਿਹੜਾ ਰਾਈਟ ਆਨਸਰ ਹੈ ਜਿਹੜਾ ਉਹ ਧਰਮ ਦੇ ਆਧਾਰ ਤੇ ਹੈ ਸੋ ਨੈਕਸਟ ਕੁਐਸਚਨ ਵੱਲ ਆਪਾਂ ਚੱਲਦੇ ਹਾਂ ਹਾਂਜੀ ਆਪਣਾ ਜੋ ਨੈਕਸਟ ਕੁਐਸਚਨ ਆ ਸਟੂਡੈਂਟਸ ਵेन ਵਰ ਦਾ ਫੰਡਾਮੈਂਟਲ ਡਿਊਟੀਆਂ ਇਨਸਰਟਡ ਇਨ ਇੰਡੀਆ ਕਨਸਟੀਟਿਊਸ਼ਨ ਭਾਰਤੀ ਸੰਵਿਧਾਨ ਮੇ ਮੌਲਿਕ ਕਰਤਵੋ ਕੋ ਕਬ ਸ਼ਾਮਲ ਕੀਆ ਗਿਆ ਜਿਹੜੇ ਸਾਡੇ ਮੌਲਿਕ ਅਧਿਕਾਰ ਹੈ ਸੌਰੀ ਮੌਲਿਕ ਕਰਤਵ ਹੈ ਮੌਲਿਕ ਕਰਤਵਾਂ ਨੂੰ ਸਾਡੇ ਸੰਵਿਧਾਨ ਵਿੱਚ ਕਦੋਂ ਸ਼ਾਮਲ ਕੀਤਾ ਗਿਆ ਤਾਂ ਜਿਹੜੇ ਸਾਡੇ ਬੁਨਿਆਦੀ ਕਰਤਵ ਆ ਮੌਲਿਕ ਕਰਤਵ ਆ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਆਪਸ਼ਨ ਏ ਹੈ 1971 1972 1970 ਜਾਂ ਫਿਰ 1975 ਤੇ ਇਸ ਦਾ ਜਿਹੜਾ ਰਾਈਟ ਆਨਸਰ ਹੈ ਸਟੂਡੈਂਟਸ ਜੇਕਰ ਆਪਾਂ ਉਸ ਦੀ ਗੱਲ ਕਰੀਏ ਤਾਂ 1900 76 ਦੇ ਵਿੱਚ 1976 ਦੇ ਵਿੱਚ ਮੌਲਿਕ ਕਰਤੱਵਾਂ ਨੂੰ ਸਾਡੇ ਸੰਵਿਧਾਨ ਦੇ ਵਿੱਚ ਸ਼ਾਮਲ ਕੀਤਾ ਗਿਆ ਸੀਗਾ ਸੋ ਨੈਕਸਟ ਕੁਐਸਚਨ ਆਪਣਾ ਹੈ ਫੰਡਾਮੈਂਟਲ ਡਿਊਟੀਆਂ ਇਨਕਿਊਟ ਜਿਹੜੀਆਂ ਸਾਡੀਆਂ ਫੰਡਾਮੈਂਟਲ ਡਿਊਟੀਆਂ ਹੈ ਉਹਨਾਂ ਦੇ ਵਿੱਚ ਸ਼ਾਮਲ ਕੀ ਹੈ ਸੋ ਬੁਨਿਆਦੀ ਕਰਤੱਵ ਹੈ ਜਿਹੜੇ ਉਹਨਾਂ ਵਿੱਚ ਕੀ ਸ਼ਾਮਲ ਹੈ ਤਾਂ ਇਸ ਦੇ ਵਿੱਚ ਆਪਸ਼ਨ A ਹੈ 2 ਕਲ ਜ਼ਰੋ ਐਂਡ ਨੇਚਰ ਆਫ ਵੈਲਿਊ ਵਿਚ ਮੋਟੀਵੇਟਡ ਆਫ ਫਰੀडम ਮੂਮੈਂਟ ਹਮਾਰੇ ਸਵੈ ਤੰਤਰਤਾ ਅੰਦੋਲਨ ਕੋ ਪ੍ਰੇਰਿਤ ਕਰਨ ਵਾਲੇ ਮੂਲ्यों ਕਾ ਪੋਸ਼ਨ ਕਰਨਾ ਜਾਂ ਫਿਰ ਪੰਜਾਬੀ ਚ ਜੇਕਰ ਕਹੀਏ ਤਾਂ ਉਹਨਾਂ ਕਦਰਾਂ ਕੀਮਤਾਂ ਦੀ ਸੰਭਾਲ ਅਤੇ ਪਾਲਣ ਪੋਸ਼ਨ ਕਰਨਾ ਜਿਨ੍ਹਾਂ ਨੇ ਸਾਡੀ ਆਜ਼ਾਦੀ ਦੀ ਲਹਿਰ ਨੂੰ ਪ੍ਰੇਰਿਤ ਕੀਤਾ ਸੀਗਾ ਸੋ ਆਪਣੀ ਜਿਹੜੀ ਨੈਕਸਟ ਆਪਸ਼ਨ ਹੈ ਜੇਕਰ ਆਪਾਂ ਉਸ ਦੀ ਗੱਲ ਕਰੀਏ ਤਾਂ ਨੈਕਸਟ ਆਪਸ਼ਨ ਹੈ द ड्यूटी टू वोट इन जनरल इलेक्शन आम चुनावों ਦੇ ਵਿੱਚ ਵੋਟ ਪਾਉਣ ਦਾ ਫਰਜ਼ ਜਾਂ ਫਿਰ ਨੈਕਸਟ ਹੈ ਕਿ ਦ ਡਿਊਟੀ ਟੂ ਡਿਵੈਲਪ ਬ੍ਰਦਰਹੂਡ ਅਮੰਗ ਪੀਪਲ ਲੋਕਾਂ ਵਿੱਚ ਭਾਈਚਾਰਾ ਪੈਦਾ ਕਰਨਾ ਜਾਂ ਫਿਰ ਨੈਕਸਟ ਆਪਣਾ ਕੁਐਸਚਨ ਹੈ ਦ ਡਿਊਟੀ ਟੂ ਸਪੋਰਟ ਦ ਐਟ ਪੋਲੀਟੀਕਲ ਪਾਰਟੀ ਹੂ ਵੀ ਹੈਡ ਵੋਟ ਫਾਰ ਤਾਂ ਇਸ ਦਾ ਅੱਜ ਵੀ ਵਿੱਚ ਇੱਕ ਗੱਲ ਕਰੀਏ ਤਾਂ ਜਿਸ ਸਿਆਸੀ ਪਾਰਟੀ ਨੂੰ ਅਸੀਂ ਵੋਟ ਪਾਈ ਹੈ ਉਸ ਦਾ ਸਮਰਥਨ ਕਰਨ ਦਾ ਫਰਜ ਹੈ ਸੋ ਇਹਨਾਂ ਦੇ ਵਿੱਚ ਜਿਹੜਾ ਸਹੀ ਆਨਸਰ ਹੈ ਸਟੂਡੈਂਟ ਕਿ ਸਾਡੇ ਮੌਲਿਕ ਕਰਤੱਵ ਹੈ ਜਾਂ ਮੌਲਿਕ ਫੰਡਮੈਂਟਲ ਡਿਊਟੀਆਂ ਹੈ ਜਿਹੜੀਆਂ ਉਹ ਸਾਡਾ ਕੀ ਹੈ ਕਿਹੜਾ ਫਰਜ ਹੈ ਤਾਂ ਇਸ ਦੇ ਵਿੱਚ ਹੈ ਕਿ ਉਹਨਾਂ ਕਦਰਾਂ ਕੀਮਤਾਂ ਦੀ ਸੰਭਾਲ ਅਤੇ ਪਾਲਣ ਪੋਸ਼ਣ ਕਰਨਾ ਜਿਨ੍ਹਾਂ ਨੇ ਸਾਡੀ ਆਜ਼ਾਦੀ ਲਹਿਰ ਨੂੰ ਪ੍ਰੇਰਿਤ ਕੀਤਾ ਸੋ ਇਹ ਸਾਡਾ ਰਾਈਟ ਆਨਸਰ ਹੈ ਜੀ ਆਪਸ਼ਨ ਏ ਕਿ ਉਹਨਾਂ ਕਦਰਾਂ ਕੀਮਤਾਂ ਦੀ ਸाम ਸੰਭਾਲ ਕਰਨੀ ਪਾਲਣ ਪੋਸ਼ਣ ਕਰਨਾ ਜਿਨ੍ਹਾਂ ਨੇ ਸਾਡੀ ਆਜ਼ਾਦੀ ਦੇ ਅੰਦੋਲਨ ਨੂੰ ਪ੍ਰੇਰਿਤ ਕੀਤਾ ਸੀ ਜਿਸ ਤੋਂ ਪ੍ਰੇਰਿਤ ਹੋ ਕੇ ਸਾਡੇ ਅਨਜਾਣ ਆਜ਼ਾਦੀ ਦਾ ਅੰਦੋਲਨ ਜਿਹੜਾ ਉਹ ਸ਼ੁਰੂ ਹੋਇਆ ਸੀਗਾ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਨੈਕਸਟ ਕੁਐਸਚਨ ਹੈ हाउ मेनी फंडामेंटल ड्यूटीज आर देयर इन इंडियन कॉन्स्टिट्यूशन भारतीय संविधान में कितने मौलिक कर्तव्य हैं ਇਹਦਾ ਸਾਡਾ ਭਾਰਤੀ ਸੰਵਿਧਾਨ ਹੈ ਜੀ ਉਸ ਦੇ ਵਿੱਚ ਕਿੰਨੇ ਮੌਲਿਕ ਫਰਜ਼ ਜਾਂ ਬੁਨਿਆਦੀ ਫਰਜ਼ ਆ ਜਿਹੜੇ ਉਹ ਸ਼ਾਮਲ ਕੀਤੇ ਗਏ ਆ ਆਪਸ਼ਨ A 9 ਬੀ 10 11 ਜਾਂ ਫਿਰ 12 ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈ ਜੀ ਉਹ ਹੈ ਆਪਸ਼ਨ C 11 ਸਾਡੇ ਸੰਵਿਧਾਨ ਦੇ ਵਿੱਚ 11 ਮੌਲਿਕ ਕਰਤੱਵ ਹੈ ਜਿਹੜੇ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਹੈ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਹੂ ਇਜ਼ ਕਨਸੀਡਰਡ ਆਫ ਦਾ ਇੰਪਲੀਮੈਂਟੇਸ਼ਨ ਆਫ ਫੰਡਾਮੈਂਟਲ ਰਾਈਟਸ ਭਾਰਤੀ ਅਧਿਕਾਰਾਂ ਕੇ ਕ੍ਰਿਆਨਿਵਾਰਨ ਕਾ ਸਨੈਕਸ਼ਨ ਕੌਣ ਹੈ ਜਾਂ ਫਿਰ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਨ ਦਾ ਸਰਪ੍ਰਸਤ ਕੌਣ ਹੈ ਕੌਣ ਸਰਪ੍ਰਸਤ ਹੈ ਕਿ ਸਾਡੇ ਮੌਲਿਕ ਅਧਿਕਾਰ ਹੈ ਜਿਹੜੇ ਉਹਨਾਂ ਨੂੰ ਲਾਗੂ ਕੀਤਾ ਜਾਵੇ ਤਾਂ ਇਸ ਦੇ ਆਪਸ਼ਨ ਏ ਹੈ ਹਾਈ ਕੋਰਟ ਬੀ ਸੁਪਰੀਮ ਕੋਰਟ ਸੀ ਸਾਰੀਆਂ ਹੀ ਅਦਾਲਤਾਂ ਆਲ ਕੋਰਟਸ ਜਾਂ ਫਿਰ ਡੀ ਏ ਔਰ ਬੀ ਬੋਥ ਏ ਅਤੇ ਬੀ ਇਹ ਜਿਹੜੀਆਂ ਦੋਵੇਂ ਆਪਸ਼ਨਾਂ ਸਹੀ ਹੈ ਕਹਿੰਦੇ ਇਸ ਦਾ ਯਾ ਰਾਈਟ ਆਨਸਰ ਹੈ ਜੀ ਉਹ ਹੈ ਆਪਸ਼ਨ ਡੀ ਏ ਅਤੇ ਬੀ ਦੋਵੇਂ ਹੀ ਇਸ ਦੇ ਵਿੱਚ ਸਹੀ ਨੇ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੋਵੇਂ ਹੀ ਸਾਡੇ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਾਉਣ ਲਈ ਸਰਪ੍ਰਸਤ ਨੇ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਫੰਡਾਮੈਂਟਲ ਰਾਈਟਸ ਕੈਨ ਬੀ ਸਸਪੈਂਡਡ ਬਾਈ ਮੌਲਿਕ ਅਧਿਕਾਰ ਹੈ ਜਿਹੜੇ ਉਹਨਾਂ ਨੂੰ ਨिलੰਬਿਤ ਕੀਤਾ ਜਾ ਸਕਦਾ ਹੈ ਮੌਲਿਕ ਅਧਿਕਾਰਾਂ ਨੂੰ ਮੁਤਲ ਕੀਤਾ ਜਾ ਸਕਦਾ ਹੈ ਕਹਿੰਦੇ ਕੌਣ ਕਰ ਸਕਦਾ ਤਾਂ ਇਸ ਦੇ ਵਿੱਚ ਆਪਸ਼ਨ ਏ ਗਵਰਨਰ ਪრეਜ਼ੀਡੈਂਟ ਲਾ ਮਿਨਿਸਟਰ ਜਾਂ ਫਿਰ ਪ੍ਰਾਈਮ ਮਿਨਿਸਟਰ ਕਹਿੰਦੇ ਜਾਂ ਰਾਜਪਾਲ ਕਰ ਸਕਦਾ ਹੈ ਜਾਂ ਰਾਸ਼ਟਰਪਤੀ ਕਰ ਸਕਦਾ ਹੈ ਕਾਨੂੰਨ ਮੰਤਰੀ ਜਾਂ ਪ੍ਰਧਾਨ ਮੰਤਰੀ ਦੱਸੋ ਇਹਨਾਂ ਚੋਂ ਕੌਣ ਕਰ ਸਕਦਾ ਹੈ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈ ਜੀ ਸਹੀ ਆਨਸਰ ਹੈ ਉਹ ਹੈਗਾ ਰਾਸ਼ਟਰਪਤੀ ਅਧਿਐਕਸ਼ ਜਾਂ ਫਿਰ ਆਪਾਂ ਇਹਨੂੰ ਪ੍ਰੈਜ਼ੀਡੈਂਟ ਕਹਿੰਦੇ ਆਂ ਹਾਂਜੀ ਪ੍ਰੈਜ਼ੀਡੈਂਟ ਰੂਲ ਦੇ ਦੌਰਾਨ ਜਿਹੜੇ ਸਾਡੇ ਮੌਲਿਕ ਕਰਤੱਵ ਹੈ ਉਹਨਾਂ ਨੂੰ ਸੀਮਿਤ ਕੀਤਾ ਜਾ ਸਕਦਾ ਹੈ ਮੁਅੱਤਲ ਕੀਤਾ ਜਾ ਸਕਦਾ ਹੈ ਸੋ ਨੈਕਸਟ ਕੁਐਸਚਨ ਵੱਲ ਚੱਲਦੇ ਆਂ ਜੀ ਹਾਂਜੀ ਆਪਣਾ ਨੈਕਸਟ ਕੁਐਸਚਨ ਹੈ ਕਿ ਸਿਟੀਜ਼ਨ ਐਂਡ ਫੋਰਮ ਹੈਵ ਬੋਥ ਜਿਹੜੇ ਨਾਗਰਿਕ ਔਰ ਵਿਦੇਸ਼ੀ ਆ ਉਹਨਾਂ ਦੋਹਾਂ ਦੇ ਕੋਲੇ ਹੁੰਦਾ ਹੈ ਕਹਿੰਦੇ ਦੋਹਾਂ ਦੇ ਕੋਲ ਕਿਹੜੀ ਅਧਿਕਾਰ ਹੁੰਦਾ ਹੈਗਾ ਤਾਂ ਇੱਥੇ ਆਪਸ਼ਨ A ਹੈ ਪੋਲਿਟੀਕਲ ਰਾਈਟ ਫੰਡਾਮੈਂਟਲ ਰਾਈਟ ਜਾਂ ਫਿਰ ਸਿਵਲ ਰਾਈਟ ਜਾਂ ਲੀਗਲ ਰਾਈਟ ਤਾਂ ਦੋਹਾਂ ਦੇ ਕੋਲ ਜਿਹੜਾ ਅਧਿਕਾਰ ਹੁੰਦਾ ਉਹ ਸਿਰਫ ਔਰ ਸਿਰਫ ਲੀਗਲ ਰਾਈਟ ਹੁੰਦਾ ਹੈ ਕਾਨੂੰਨੀ ਅਧਿਕਾਰ ਦੋਹਾਂ ਕੋਲੇ ਹੁੰਦਾ ਹੈ ਜਦੋਂ ਕਿ ਪੋਲੀਟੀਕਲ ਰਾਈਟ ਫੰਡਾਮੈਂਟਲ ਰਾਈਟ ਤੇ ਸਿਵਲ ਰਾਈਟ ਇਹ ਤਿੰਨੇ ਅਧਿਕਾਰ ਆ ਇਹ ਸਿਰਫ ਦੇਸ਼ ਦੇ ਨਾਗਰਿਕ ਦੇ ਕੋਲੇ ਹੀ ਹੁੰਦੇ ਆ ਵਿਦੇਸ਼ੀ ਨੂੰ ਇਹਨਾਂ ਬਾਰੇ ਕੋਈ ਅਧਿਕਾਰ ਨਹੀਂ ਦਿੱਤਾ ਜਾਂਦਾ ਇਹ ਗੱਲ ਦਾ ਖਿਆਲ ਰੱਖਣਾ ਨੈਕਸਟ ਕੁਐਸਚਨ ਵੱਲ ਚੱਲਦੇ ਆ ਜੀ ਆਪਾਂ ਨੈਕਸਟ ਕੁਐਸਚਨ ਹੈ ਆਪਣਾ ਕਿ ਡਾਇਰੈਕਟਿਵ ਪ੍ਰਿੰਸੀਪਲ ਇਨ ਆਵਰ ਕਨਸਟੀਟਿਊਸ਼ਨ ਆਰ ਹਮਾਰੇ ਸੰਵਿਧਾਨ ਵਿੱਚ ਨਿਰਦੇਸ਼ਕ ਸਿਧਾਂਤ ਹਨ ਜਿਹੜਾ ਸਾਡਾ ਸੰਵਿਧਾਨ ਆ ਉਸ ਦੇ ਵਿੱਚ ਨਿਰਦੇਸ਼ਕ ਸਿਧਾਂਤ ਹਨ ਇਹਨਾਂ ਦੀ ਆਪਸ਼ਨਾਂ ਜਿਹੜੀਆਂ অপশন এ ইনফোর্সেবল বাই লিগ্যাল কোর্ট কানুন দিਆਂ আদালতਾਂ ਦੁਆਰਾ ਲਾਗੂ ਕਰਨ ਯੋਗ ਹੈ ਜਾਂ ਫਿਰ ਕਹਿੰਦੇ ਕਿ ਸੈਮੀ ਇਨਫੋਰਸੇਬਲ ਹੈ ਅਰਧ ਲਾਗੂ ਕਰਨ ਯੋਗ ਹੈ ਜਾਂ ਫਿਰ ਪਾਰਟਲੀ ਇਨਫੋਰਸੇਬਲ ਹੈ ਜਾਂ ਫਿਰ ਅੰਸ਼ਿਕ ਤੌਰ ਤੇ ਲਾਗੂ ਨਾ ਕਰਨ ਯੋਗ ਹੈ ਤੇ ਜਾਂ ਫਿਰ ਚੌਥੀ অপশন ਹੈ ਜਿਹੜੀ ਕਿ ਅਨਫੋਰਸੇਬਲ ਹੈ ਬਾਈ ਕੋਰਟ ਜਿਹੜੇ ਸਾਡੇ ਮੌਲਿਕ ਨਿਰਦੇਸ਼ਕ ਸਿਧਾਂਤ ਹੈ ਸੌਰੀ ਜਿਹੜੇ ਸਾਡੇ ਨਿਰਦੇਸ਼ਕ ਸਿਧਾਂਤ ਹੈ ਉਹਨਾਂ ਨੂੰ ਅਦਾਲਤਾਂ ਦੇ ਦੁਆਰਾ ਲਾਗੂ ਨਹੀਂ ਕੀਤਾ ਜਾ ਸਕਦਾ ਸੋ ਡੀ ਆਪਸ਼ਨ ਹੈ ਜਿਹੜੀ ਇਸ ਦਾ ਰਾਈਟ ਆਨਸਰ ਹੈ ਨਿਰਦੇਸ਼ਕ ਸਿਧਾਂਤ 36 ਤੋਂ 51 ਤੱਕ ਸਾਡੇ ਸੰਵਿਧਾਨ ਦੇ ਵਿੱਚ ਲਿਖੇ ਹੋਏ ਹੈਗੇ ਇਹਨਾਂ ਨਿਰਦੇਸ਼ਕ ਸਿਧਾਂਤਾਂ ਨੂੰ ਕਾਨੂੰਨੀ ਤੌਰ ਤੇ ਲਾਗੂ ਨਹੀਂ ਕੀਤਾ ਜਾ ਸਕਦਾ ਇਹ ਸਿਰਫ ਗਵਰਨਮੈਂਟ ਦੇ ਲਈ ਇੱਕ ਨਿਰਦੇਸ਼ ਹੈ ਕਿ ਤੁਸੀਂ ਇਸ ਤਰੀਕੇ ਨਾਲ ਸਰਕਾਰ ਨੂੰ ਚਲਾ ਸਕਦੇ ਹੋ ਓਕੇ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਆਪਾਂ ਵਿਚ ਪਾਰਟ ਆਫ ਕਨਸਟੀਟਿਊਸ਼ਨ ਰਿਲੇਟ ਵਿਦ ਦਾ ਡਾਇਰੈਕਟਿਵ ਪ੍ਰਿੰਸੀਪਲ ਆਫ ਦਾ ਸਟੇਟ ਪਾਲਿਸੀ ਸੰਵਿਧਾਨ ਦਾ ਕੌਣ ਸਾ ਭਾਗ ਰਾਜ ਕੇ ਨੀਤੀ ਨਿਰਦੇਸ਼ਕ ਸਿਧਾਂਤੋਂ ਸੇ ਸੰਬੰਧਿਤ ਹੈ ਸੰਵਿਧਾਨ ਦਾ ਕਿਹੜਾ ਹਿੱਸਾ ਕਹਿੰਦੇ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਦੇ ਨਾਲ ਸਬੰਧਿਤ ਹੈ ਤਾਂ ਇਸ ਦਾ ਜਿਹੜੀਆਂ ਆਪਸ਼ਨਰ ਨੇ ਪਾਰਟ 3 ਪਾਰਟ 4 ਪਾਰਟ 1 ਜਾਂ ਪਾਰਟ 2 ਤਾਂ ਪਾਰਟ 4 ਆ ਜਿਹੜਾ ਉਹ ਸਾਡਾ ਨਿਰਦੇਸ਼ਕ ਸਿਧਾਂਤਾਂ ਦੇ ਨਾਲ ਸੰਬੰਧਿਤ ਹੈ ਸੋ ਨੈਕਸਟ ਕੁਐਸਚਨ ਵੱਲ ਚੱਲਦੇ ਆ ਜੀ ਆਪਾਂ ਇਫ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਹੁਡ ਹੈਵ ਨਾਟ ਬੀਨ ਇਨਫੋਰਸਡ ਬਾਈ ਗਵਰਨਮੈਂਟ ਵੇਅਰ ਕੈਨ ਸਿਟੀਜ਼ਨਸ ਗੋ ਜੇਦੀ ਰਾਜ ਦੇ ਨਿਰਦੇਸ਼ਕ ਨੀਤੀ ਨਿਰਦੇਸ਼ਕ ਸਿਧਾਂਤੋ ਕੋ ਸਰਕਾਰ ਕੇ ਦੁਆਰਾ ਲਾਗੂ ਨਹੀਂ ਕੀਆ ਜਾਤਾ ਤੋ ਨਾਗਰਿਕ ਕਹਾਂ ਜਾ ਸਕਤੇ ਹੈ ਜੇਕਰ ਕਹਿੰਦੇ ਵੀ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਹੈ ਉਹ ਸਰਕਾਰ ਲਾਗੂ ਨਾ ਕਰੇ ਤਾਂ ਨਾਗਰਿਕ ਕਿੱਥੇ ਜਾ ਸਕਦੇ ਹੈ ਉਸ ਦੇ ਖਿਲਾਫ ਕਿੱਥੇ ਅਪੀਲ ਕਰ ਸਕਦੇ ਹੈ ਤਾਂ ਮੇਰੇ ਹਿਸਾਬ ਨਾਲ ਤਾਂ ਜੀ ਰਾਜ ਦੇ ਨਾਗਰਿਕ ਆਪਣੇ ਆਪਣੇ ਘਰੋ ਘਰੀ ਜਾ ਸਕਦੇ ਹੈ ਕਿਉਂਕਿ ਆਪਾਂ ਪਹਿਲਾਂ ਇਸ ਦੇ ਬਾਰੇ ਗੱਲ ਕਰ ਚੁੱਕੇ ਹਾਂ ਕਿ ਇਸ ਦੇ ਸੰਬੰਧੀ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਸਕਦੀ ਕਾਨੂੰਨ ਦੇ ਦੁਆਰਾ ਇਹ ਫੋਰਸ ਨਹੀਂ ਲਾਗੂ ਕਰਵਾਏ ਜਾ ਸਕਦੇ ਫਿਰ ਤਾਂ ਨਾਗਰਿਕ ਘਰੋ ਘਰੀ ਜਾ ਸਕਦੇ ਕਿਉਂਕਿ ਸਰਕਾਰ ਦੀ ਮਰਜ਼ੀ ਹੈ ਲਾਗੂ ਕਰੇ ਨਾ ਕਰੇ ਸੋ ਇਸ ਦਾ ਰਾਈਟ ਆਨਸਰ ਹੈ ਜੀ ਇਹਨਾਂ ਵਿੱਚੋਂ ਕੋਈ ਵੀ ਨਹੀਂ ਉਹ ਕਿਸੇ ਕੋਲੇ ਵੀ ਨਹੀਂ ਜਾ ਸਕਦੇ ਨਾ ਸੁਪਰੀਮ ਕੋਰਟ ਕੋਲੇ ਨਾ ਹਾਈ ਕੋਰਟ ਕੋਲੇ ਨਾ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਦੇ ਕੋਲੇ ਮਨੁੱਖੀ ਅਧਿਕਾਰਾਂ ਕੋਲੇ ਵੀ ਆਲਿਆਂ ਕੋਲੇ ਵੀ ਨਹੀਂ ਜਾ ਸਕਦੇ ਇਹ ਤਾਂ ਭਾਈ ਹੁਣ ਘਰੋ ਘਰੀ ਜਾ ਸਕਦੇ ਆ ਚਲੋ ਚੱਲਦੇ ਆਪਾਂ ਨੈਕਸਟ ਕੁਐਸਚਨ ਵੱਲ ਆਪਣਾ ਨੈਕਸਟ ਕੁਐਸਚਨ ਹੈ ਕਿ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਹੈਸ ਬੀਨ ਅਡਾਪਟਡ ਬਾਏ ਇੰਡੀਅਨ ਕਨਸਟੀਟਿਊਸ਼ਨ ਫਰੋਮ ਦਾ ਕਨਸਟੀਟਿਊਸ਼ਨ ਆਫ ਜਿਹੜੇ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਹੈ ਇਹ ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਲਏ ਗਏ ਹਨ ਤਾਂ ਇਸ ਦੇ ਵਿੱਚ ਆਪਸ਼ਨਾਂ ਦੀ ਗੱਲ ਕਰਦੇ ਹਾਂ ਜੀ ਆਪਾਂ ਆਪਾਂ ਆਪਸ਼ਨ A ਹੈ ਆਸਟ੍ਰੇਲੀਆ ਯੂ ਐਸ ਏ ਕੈਨੇਡਾ ਜਾਂ ਆਇਰਲੈਂਡ ਤਾਂ ਇਸ ਦਾ ਸਹੀ ਆਨਸਰ ਹੈ ਜੀ ਆਇਰਲੈਂਡ ਜਿਹੜੇ ਸਾਡੇ ਸਟੇਟ ਦੇ ਦਿਸ਼ਾ ਨਿਰਦੇਸ਼ਕ ਸਿਧਾਂਤ ਹੈ ਉਹ ਆਇਰਲੈਂਡ ਤੋਂ ਲੈ ਗਏ ਹਨ ਸੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਆਪਾਂ ਵਿਚ ਆਫ ਦਾ ਫੋਲੋਇੰਗ ਮੈਟਰ ਇਸ ਰਿਲੇਟਡ ਵਿਦ ਦਾ ਫੰਡਾਮੈਂਟਲ ਰਾਈਟਸ ਨਿਮਨ ਲਿਖਤ ਮੇਂ ਸੇ ਕੌਣ ਸਾ ਮਾਮਲਾ ਮੌਨਿਕ ਅਧਿਕਾਰੋਂ ਸੇ ਸੰਬੰਧਿਤ ਹੈ ਕਹਿੰਦੇ ਇਹ ਲਿਖਿਆ ਦੇ ਵਿੱਚੋਂ ਕਿਹੜਾ ਮਾਮਲਾ ਜਿਹੜਾ ਉਹ ਮੌਲਿਕ ਅਧਿਕਾਰਾਂ ਦੇ ਨਾਲ ਸੰਬੰਧਿਤ ਹੈ ਤਾਂ ਇਸ ਤੀਆਂ ਆਪਸ਼ਨਾਂ ਦੇਖਦੇ ਹਾਂ ਜੀ ਆਪਾਂ ਆਪਸ਼ਨ ਏ ਹੈ ਜੀ ਕਹਿੰਦੇ ਗੋਲਕਨਾਥ ਬਨਾਮ ਪੰਜਾਬ ਸਰਕਾਰ 1967 ਦਾ ਜਿਹੜਾ ਕੇਸ ਹੋਇਆ ਸੀਗਾ ਜਾਂ ਫਿਰ ਵੈਸਟ ਬੰਗਾਲ ਅਤੇ ਯੂਨੀਅਨ ਆਫ ਇੰਡੀਆ ਦੇ ਵਿਚਕਾਰ ਇੱਕ ਹੋਇਆ ਸੀਗਾ 1963 ਦੇ ਵਿੱਚ ਜਾਂ ਸ਼ਰਮਾ ਵਸ ਵਰਸਸ ਕ੍ਰਿਸ਼ਨਾ ਇਹ ਇੱਕ ਹੋਇਆ ਸੀਗਾ 1959 ਦੇ ਵਿੱਚ ਜਾਂ ਬੌਮੇ ਵਸ ਵਰਸਸ ਬਾਲਸਾਰਾ ਤਾਂ ਜਾਂ ਫਿਰ ਇਹ ਹੋਇਆ ਸੀਗਾ 1951 ਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਨਾਲ ਸੰਬੰਧਿਤ ਇਹਨਾਂ ਵਿੱਚੋਂ ਕਿਹੜਾ ਹੈ ਤਾਂ ਇਹਨਾਂ ਦੇ ਵਿੱਚੋਂ ਮਨੁੱਖੀ ਅਧਿਕਾਰਾਂ ਦੇ ਨਾਲ ਸੰਬੰਧਿਤ ਹੈ ਜਿਹੜਾ ਉਹ ਗੋਲਕਨਾਥ ਬਨਾਮ ਪੰਜਾਬ ਸਰਕਾਰ ਹੋਇਆ ਸੀਗਾ ਇਹ ਸਾਡੇ ਮੌਲਿਕ ਅਧਿਕਾਰਾਂ ਦੇ ਨਾਲ ਸੰਬੰਧਿਤ ਕੇਸ ਸੀਗਾ ਗੋਲਕਨਾਥ ਤੇ ਪੰਜਾਬ ਸਰਕਾਰ ਦੇ ਵਿਚਕਾਰ ਹੋਇਆ ਸੀਗਾ 1967 ਵਿੱਚ ਹੋਇਆ ਸੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਸ ਨੂੰ ਥੋੜਾ ਜਿਹਾ ਧਿਆਨ ਵਿੱਚ ਰੱਖਿਓ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ अपना नेक्स्ट क्वेश्चन है कि द फ्रीडम फ्रॉम पेमेंट ऑफ टैक्स फॉर प्रमोशन ऑफ एनी रिलीजन इज ग्रांटेड बाय सभी किसी भी धर्म के प्रचार के लिए करों के भुगतान में मुक्ति की गारंटी है जेडे साढ़े ਕਾਰ ਮੈਂ ਉਹਨਾਂ ਦਾ ਜਿਹੜਾ ਪ੍ਰਚਾਰ ਕੀਤਾ ਜਾਂਦਾ ਹੈ ਉਹਨਾਂ ਤੇ ਕਿਸੇ ਤਰ੍ਹਾਂ ਦਾ ਕੋਈ ਟੈਕਸ ਨਹੀਂ ਲੱਗਦਾ ਇਹ ਟੈਕਸ ਕਿਸ ਨੇ ਹਟਾਏ ਗਏ ਆ ਇਹ ਆਜ਼ਾਦੀ ਕਿਸ ਨੇ ਦਿੱਤੀ ਹੈ ਕਿਹੜੇ ਆਰਟੀਕਲ ਦੇ ਵਿੱਚ ਇਹ ਦਿੱਤੀ ਗਈ ਹੈ ਸੋ ਇਸ ਦੀਆਂ ਆਪਸ਼ਨਾਂ ਨੇ ਆਰਟੀਕਲ 25 ਆਰਟੀਕਲ 26 ਆਰਟੀਕਲ 27 ਜਾਂ ਆਰਟੀਕਲ 28 ਤਾਂ ਆਰਟੀਕਲ 27 ਆ ਜਿਹੜਾ ਸਾਡਾ ਧਰਮ ਨਾਲ ਸਬੰਧਿਤ ਹੈ ਅਸੀਂ ਉਸ ਦੇ ਅਧੀਨ ਸਾਨੂੰ ਕੀ ਆ ਗਿਆ ਹੈ ਸਾਨੂੰ ਆਜ਼ਾਦੀ ਦਿੱਤੀ ਗਈ ਹੈ ਕਿ ਭਾਈ ਤੁਸੀਂ ਕਿਸੇ ਵੀ ਧਰਮ ਨੂੰ ਅਪਣਾ ਸਕਦੇ ਹੋ ਕਿਸੇ ਵੀ ਧਰਮ ਦਾ ਪ੍ਰਚਾਰ ਕਰ ਸਕਦੇ ਹੋ ਕਿਸੇ ਵੀ ਧਰਮ ਦਾ ਕੋਈ ਵੀ ਇੰਸਟੀਟਿਊਟ ਓਪਨ ਕਰ ਸਕਦੇ ਹੋ ਧਾਰਮਿਕ ਗਰੁੱਪ ਬਣਾ ਸਕਦੇ ਹੋ ਇਹ ਸਾਰੀਆਂ ਜਿਹੜੀ ਆਜ਼ਾਦੀ ਹੈ ਉਹ ਆਰਟੀਕਲ 27 ਦੇ ਅਧੀਨ ਦਿੱਤੀ ਗਈ ਹੈ ਸੋ ਸਟੂਡੈਂਟਸ ਇਹ ਸੀਗੇ ਜੀ ਅੱਜ ਦੇ ਆਪਣੇ ਕੁਐਸਚਨਸ ਇਹਨਾਂ ਸਾਰੇ ਕੁਐਸਚਨ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਨੋਟਸ ਤਿਆਰ ਕਰ ਲਓ ਆਪਣੀ ਕਾਪੀ ਉੱਪਰ ਲਿਖ ਲਓ ਵੀਡੀਓ ਨੂੰ ਇੱਕ ਦੋ ਵਾਰ ਹੋਰ ਦੇਖ ਲਿਓ ਤੁਹਾਡੇ ਯਾਦ ਵੀ ਹੋ ਜਾਣਗੀਆਂ ਵਤਵਾ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਕੇ ਤੁਸੀਂ ਆਪਣੀ رائے ਦੇ ਸਕਦੇ ਹੋ ਮਿਲਦੇ ਆ ਨਵੀਂ ਵੀਡੀਓ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਆਪਕਾਲ ਨੂੰ ਟੀਵੀਂ ਦੇ ਕਲਿੱਕ ਕਰ ਲਿਓ ਧੰਨਵਾਦ